ਰੇਡੀਓ ਚੰਨਪੁਰ ਦੇ ਸਿੱਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਗਗਨਦੀਪ ਹਾਜ਼ਿਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਯੂਕੇ ਸਰਕਾਰ ਨੇ ਤਾਲਾਬੰਦੀ ਚ ਦਿੱਤੀ ਹੋਟਲ ਮਲੇਸ਼ੀਆ ਚ ਮਿਲੀ ਕਰੋਨਾ ਵਾਇਰਸ ਦੀ ਨਵੀਂ ਕਿਸਮ ਸਾਧਾਰਨ ਤੋਂ 10 ਗੁਣਾ ਜ਼ਿਆਦਾ ਤੇਜ਼ ਮਹਾਰਾਸ਼ਟਰ ਪੁਲਿਸ ਤੇ ਕਰੋਨਾ ਦੀ ਮਾਰ ਹੁਣ ਤੱਕ 12000 ਤੋਂ ਵੱਧ ਮੁਲਾਜ਼ਮ ਹੋਏ ਇਨਫੈਕਟਿਡ ਕਾਂਗੜਾ ਚ ਮੀਂਹ ਤੋਂ ਬਾਅਦ ਖਿਸਕੀ ਜ਼ਮੀਨ ਆਵਾਜਾਈ ਹੋਈ ਠੱਪ ਕਰੋਨਾ ਦੇ ਵੱਡੇ ਮਾਮਲਿਆਂ ਤੇ ਕੈਪਟਨ ਦਾ ਵੱਡਾ ਬਿਆਨ ਮੁਰਦਾ ਤਾਲਾਬੰਦੀ ਲਗਾਏ ਜਾਂਦੇ ਦਿੱਤੇ ਸੰਕੇਤ ਜਲੰਧਰ ਜ਼ਿਲ੍ਹੇ ਚ ਕਰੋਨਾ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਹੁਣ ਖਬਰਾਂ ਵਿਸਥਾਰ ਨਾਲ ਲੰਡਨ ਤੋਂ ਆਈ ਇਸ ਖਬਰ ਦੇ ਅਨੁਸਾਰ ਯੂਕੇ ਸਰਕਾਰ ਨੇ ਤਾਲਾਬੰਦੀ ਨਿਯਮਾਂ ਦੇ ਵਿੱਚ ਹੋਟਲ ਦੇ ਦਿੱਤੀ ਹੈ ਜਦੋਂ ਕਿ ਇਸ ਤੋਂ ਪਹਿਲਾਂ 1 ਅਗਸਤ ਨੂੰ ਜਾਰੀ ਹੋਣ ਵਾਲੀਆਂ ਇਹਨਾਂ ਛੋਟਾਂ ਨੂੰ ਕੋਵਿਡ-19 ਦੇ ਮਾਮਲੇ ਵਧਣ ਦੇ ਕਾਰਨ ਮੁਲਤਵੀ ਕਰਨ ਦੇ ਨਾਲ-ਨਾਲ ਕੁਝ ਨਿਯਮਾਂ ਨੂੰ ਮੁਰਦਤ ਲਾਗੂ ਕਰ ਦਿੱਤਾ ਗਿਆ ਸੀ ਨਵੀਆਂ ਛੋਟਾਂ ਦੇ ਤਹਿਤ ਵਿਆਹ ਸਮਾਗਮਾਂ ਦੇ ਵਿੱਚ ਮੁਰਦਤ ਤੀ ਮਹਿਮਾਨਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਤੇ ਉਹਨਾਂ ਨੂੰ ਬੈਠ ਕੇ ਖਾਣਾ ਖਾਣ ਦੀ ਵੀ ਛੋਟ ਹੋਵੇਗੀ ਅੰਦਰਲੇ ਥੀਏਟਰ ਸੰਗੀਤ ਅਤੇ ਹੋਰ ਪੇਸ਼ਕਾਰੀਆਂ ਦੇ ਲਈ ਸਮਾਜਿਕ ਦੂਰੀ ਰੱਖਦਿਆਂ ਖੁੱਲ੍ਹ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਰਕਾਰ ਨੇ ਹੋਰ ਕਈ ਢਿੱਲਾ ਵੀ ਦਿੱਤੀਆਂ ਨੇ ਫਰਾਂਸ ਦੇ ਵਿੱਚ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਰਾਂਸ ਨੀਦਰਲੈਂਡਸ ਮੋਨੋਕੋ ਮਾਲਟਾ ਤੁਰਕਿਸ ਅਰੂਬਾ ਆਦਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਦੇ ਲਈ ਇਕਾਂਤ ਵਸ ਵਿੱਚ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਸਰਕਾਰ ਦੇ ਇਸ ਨਵੇਂ ਫਰਮਾਨ ਤੋਂ ਬਾਅਦ ਛੁੱਟੀਆਂ ਕੱਟਣ ਗਏ ਯਾਤਰੀ ਵੱਡੀ ਗਿਣਤੀ ਦੇ ਵਿੱਚ ਵਾਪਸ ਪਰਤਣ ਲੱਗੇ ਨੇ ਦੱਸਣਯੋਗ ਹੈ ਕਿ ਇਕੱਲੇ ਫਰਾਂਸ ਦੇ ਵਿੱਚ ਹੀ 1.60 ਹਜ਼ਾਰ ਤੋਂ ਜ਼ਿਆਦਾ ਯਾਤਰੀ ਛੁੱਟੀ ਕੱਟਣ ਗਏ ਹੋਏ ਨੇ ਮਲੇਸ਼ੀਆ ਨਾਲ ਸੰਬੰਧਿਤ ਕੁਆਲਲੰਪੁਰਮ ਤੋਂ ਆਈ ਖਬਰ ਦੇ ਅਨੁਸਾਰ ਮਲੇਸ਼ੀਆ ਦੇ ਵਿੱਚ ਜਾਂਚ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੀ ਇੱਕ ਅਜੇ ਹੀ ਕਿਸਮ ਦਾ ਪਤਾ ਲੱਗਾ ਹੈ ਜੋ ਸਧਾਰਨ ਦੇ ਨਾਲੋਂ 10 ਗੁਣਾ ਜ਼ਿਆਦਾ ਛੋਤਕਾਰੀ ਹੈ ਕੋਰੋਨਾ ਦੇ ਇਸ ਮਿਊਟੇਸ਼ਨ ਨੂੰ ਦੁਨੀਆ ਦੇ ਵਿੱਚ D614G ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਅਜਿਹੇ ਮਾਮਲਿਆਂ ਦੀ ਸ਼ੁਰੂਆਤ ਇੱਕ ਮਲੇਸ਼ੀਆਈ ਰੈਸਟੋਰੈਂਟ ਮਾਲਕ ਦੇ ਹਾਲ ਹੀ ਵਿੱਚ ਭਾਰਤ ਤੋਂ ਵਾਪਸ ਜਾਣ ਦੇ 14 ਦਿਨਾਂ ਦੇ ਜ਼ਰੂਰੀ ਕੰਦਵਜ ਨੂੰ ਤੋੜਨ ਦੇ ਨਾਲ ਸ਼ੁਰੂ ਹੋਈ ਹੈ। ਦੋਸ਼ੀ ਵਿਅਕਤੀ ਨੂੰ ਕੰਦਵਜ ਦੇ ਨਿਯਮ ਤੋੜਨ ਦੇ ਲਈ 5 ਮਹੀਨੇ ਦੀ ਸਜ਼ਾ ਤੇ ਜੁਰਮਾਨਾ ਲਗਾਇਆ ਗਿਆ ਹੈ। ਅਜਿਹੇ ਹੀ ਮਾਮਲਾ ਫਿਲੀਪੀਨਸ ਤੋਂ ਵਾਪਸ ਆਉਣ ਵਾਲੇ ਇੱਕ ਸਮੂਹ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ 45 ਲੋਕਾਂ ਦੇ ਵਿੱਚ 3 ਦੇ ਅੰਦਰ ਕਰੋਨਾ ਦੀ ਇਹ ਟਾਈਪ ਪਾਈ ਗਈ ਹੈ। ਅਮਰੀਕਾ ਦੇ ਉੱਚ ਸਿਹਤ ਸਲਾਹਕਾਰ ਡਾਕਟਰ ਫਾਊਚੀ ਨੇ ਇਸ ਮਿਊਟੇਸ਼ਨ ਦੇ ਨਾਲ ਕਰੋਨਾ ਵਾਇਰਸ ਦਾ ਪ੍ਰਸਾਰ ਹੋਰ ਤੇਜ਼ੀ ਨਾਲ ਹੋ ਸਕਦਾ ਹੈ ਇਹ ਗੱਲ ਕਹੀ ਹੈ ਮਲੇਸ਼ੀਆਈ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਨੂਰ ਹਿਜਾਮ ਅਬਦੁੱਲਾ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਦੇ ਮਿਊਟੇਸ਼ਨ ਦੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਸਕਦੇ ਨੇ ਇਸ ਦੇ ਨਾਲ ਟੀਕਾ ਬਣਾਉਣ ਦੇ ਮਿਊਟੇਸ਼ਨ ਨੂੰ ਰੋਕਣ ਦੇ ਲਈ ਵਿਕਸਿਤ ਕੀਤੀ ਗਈ ਤਕਨੀਕ ਵੀ ਫੇਲ ਹੋ ਸਕਦੀ ਹੈ ਭਾਰਤ ਨਾਲ ਸੰਬੰਧਿਤ ਮਹਾਰਾਸ਼ਟਰ ਤੋਂ ਇਸ ਘਵਰ ਦੇ ਅਨੁਸਾਰ ਕਰੋਨਾ ਵਾਇਰਸ ਦਾ ਕੇਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਆਏ ਦਿਨ ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਇਸ ਦੇ ਦਰਮਿਆਨ ਖਬਰ ਆ ਰਹੀ ਹੈ ਕਿ ਪਿਛਲੇ 24 ਘੰਟਿਆਂ ਦੇ ਅੰਦਰ ਮਹਾਰਾਸ਼ਟਰ ਪੁਲਿਸ ਦੇ ਵਿੱਚ 93 ਨਵੇਂ ਮਾਮਲੇ ਪੋਜ਼ੀਟਿਵ ਪਾਏ ਗਏ ਨੇ। ਉੱਥੇ ਹੀ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਵੀ ਹੋ ਗਈ ਹੈ ਨਵੇਂ ਸਾਹਮਣੇ ਆਏ ਮਾਮਲਿਆਂ ਤੋਂ ਬਾਅਦ। ਪੀੜਤਾਂ ਦੀ ਗਿਣਤੀ 12383 ਹੋ ਗਈ ਹੈ ਜਦੋਂ ਕਿ ਹੁਣ ਤੱਕ 126 ਮੁਲਾਜ਼ਮ ਆਪਣੀ ਜਾਨ ਗਵਾ ਚੁੱਕੇ ਨੇ। ਉੱਥੇ ਹੀ ਪੂਰੇ ਮਹਾਰਾਸ਼ਟਰ ਸੂਬੇ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 595865 ਤੱਕ ਹੋ ਗਈ ਹੈ। ਇਸ ਸਮੇਂ ਇੱਥੇ ਸਰਗਰਮ ਮਾਮਲਿਆਂ ਦੀ ਗਿਣਤੀ 158395 ਹੈ। ਉਥੇ ਹੀ 417123 ਲੋਕ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਨੇ ਤੇ ਹੁਣ ਤੱਕ 20037 ਲੋਕ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਉਣ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਮੁੰਬਈ ਦੇ ਵਿੱਚ ਪੀੜਤਾਂ ਦੀ ਗਿਣਤੀ 128726 ਹੋ ਗਈ ਹੈ ਇੱਥੇ ਹੁਣ 7133 ਲੋਕਾਂ ਦੀ ਜਾਨ ਚਾ ਚੁੱਕੀ ਹੈ ਹਾਲਾਂਕਿ ਰਾਹਤ ਬਖਸ਼ੀ ਖਬਰ ਇਹ ਹੈ ਕਿ ਇੱਥੇ 103468 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਨੇ ਮੁੰਬਈ ਦੇ ਵਿੱਚ ਇਸ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 17825 ਹੈ ਪਰਤਨਾਲ ਸੰਬੰਧਿਤ ਕਾਂਗੜਾ ਤਵਾਈ ਇਸ ਖਬਰ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਘਾਟੀ ਦੇ ਵਿੱਚ ਪਏ ਮੋਹਲਾ ਧਰਮੀ ਤੋਂ ਬਾਅਦ ਕਾਂਗੜਾ ਹੁਸ਼ਿਆਰਪੁਰ ਰਾਸ਼ਟਰੀ ਹਾਈਵੇ ਜ਼ਮੀਨ ਖਿਸਕਣ ਦੇ ਕਾਰਨ ਜਾਮ ਹੋ ਗਿਆ ਹੈ ਕਾਂਗੜਾ ਦੇ ਵਿੱਚ ਰਾਤ ਨੂੰ 127.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਮੀਂਹ ਦੇ ਕਾਰਨ ਕਾਂਗੜਾ ਸ਼ਹਿਰ ਦੇ ਬਾਹਰਲੇ ਸਿਰੇ ਸਾਲਮੇਰਾ ਸੁਰੰਗ ਦੇ ਨੇੜੇ ਹਾਈਵੇ ਤੇ ਜ਼ਮੀਨ ਖਿਸਕ ਗਈ ਹੈ ਤੇ ਦੋਹਾਂ ਪਾਸੇ ਦੀ ਆਵਾਜਾਈ ਦਾ ਲੰਬਾ ਜਾਮ ਲੱਗ ਗਿਆ ਹੈ ਸਰੰਗਵੀ ਪਾਣੀ ਦੇ ਨਾਲ ਭਰ ਗਈ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਈਵੇ ਤੇ درخت ਵਿੱਢੇ ਗਏ ਨੇ ਪ੍ਰਸ਼ਾਸਨ ਨੇ ਬੁੱਲਡੋਜ਼ਰਾਂ ਦੀ ਮਦਦ ਨਾਲ ਰਸਤੇ ਨੂੰ ਸਾਫ਼ ਕੀਤਾ ਹੈ ਤੇ 5 ਘੰਟਿਆਂ ਦੇ ਬਾਅਦ ਆਵਾਜਾਈ ਠੀਕ ਹੋ ਸਗੀ ਹੈ ਜ਼ਮੀਨ ਕਿਸਕਨ ਦੌਰਾਨ ਉਥੇ 2 ਤੋਂ ਲੈ ਕੇ 3 ਕਿਲੋਮੀਟਰ ਤੱਕ ਦਾ ਲੰਮਾ ਜਾਮ ਲੱਗ ਗਿਆ ਸੀ ਜਿਸ ਤੋਂ ਬਾਅਦ ਮਲਵਾ ਹਟਾਉਣ ਤੋਂ ਮਗਰੋਂ ਪੁਲਿਸ ਦੀ ਮਦਦ ਦੇ ਨਾਲ ਸਾਰਾ ਰਸਤਾ ਸਾਫ਼ ਕਰਵਾਇਆ ਗਿਆ ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਏ ਇਸ ਖਬਰ ਦੇ ਅਨੁਸਾਰ ਸੂਬੇ ਦੇ ਵਿੱਚ ਕੋਵਿਡ-19 ਦੇ ਵਧਦੇ ਮਾਮਲੇ ਅਤੇ ਪ੍ਰਤੀ ਮਿਲੀਅਨ ਪਿੱਛੇ ਮੌਤਾਂ ਦੀ ਗਿਣਤੀ ਵਧਣ ਤੇ ਡੂੰਗੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਹੈ ਕਿ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਦੇ ਲਈ ਉਹ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ ਆਪਣੀ ਵਜਾਰਤੀ ਸਾਥੀਆਂ ਦੇ ਨਾਲ ਵੀਡੀਓ ਕਾਨਫਰੈਂਸਿੰਗ ਮੀਟਿੰਗ ਦੇ ਦੌਰਾਨ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮਾਹਿਰਾਂ ਦੀ ਸਿਹਤ ਸਲਾਹਕਾਰ ਕਮੇਟੀ ਦੇ ਚੇਅਰਮੈਨ ਡਾਕਟਰ ਕੇਕੇ ਤਲਵਾੜ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਪ੍ਰਤੀਕਿਰਿਆ ਦਿੰਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਸੂਬਾ ਸਰਕਾਰ ਕਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਦੇ ਲਈ ਸਖਤ ਉਪਾਅ ਕਰਨ ਤੇ ਵਿਚਾਰ ਕਰੇਗੀ ਭਾਵੇਂ ਉਨ੍ਹਾਂ ਤਾਲਾਬੰਦੀ ਤੋਂ ਇਨਕਾਰ ਨਹੀਂ ਕੀਤਾ ਹੈ ਖਾਸ ਕਰਕੇ ਵੱਧ ਰਹੇ ਮਾਮਲਿਆਂ ਵਾਲੇ ਇਲਾਕਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਨਹੀਂ ਹੁਣ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਮੌਨਟੇਕ ਸਿੰਘ ਆਲੂਵਾਲੀਆ ਜੋ ਕਿ ਸੂਬੇ ਦੀ ਅਰਥਵਿਵਸਥਾ ਦੇ ਮੋੜ ਸੁਝੀਤੀ ਦੇ ਲਈ ਬਣਾਏ ਗਏ ਮਾਹਿਰਾਂ ਦੇ ਗਰੁੱਪ ਦੇ ਮੁਖੀ ਨੇ ਉਹਨਾਂ ਨੇ ਵੀ ਕਿਹਾ ਕਿ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ ਪੰਜਾਬ ਨਾਲ ਸੰਬੰਧ ਜਲੰਧਰ ਟੁਆਈ ਇਸ ਖਬਰ ਦੇ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਹੋਇਆ ਹੈ ਜ਼ਿਲ੍ਹੇ ਦੇ ਵਿੱਚ ਸੋਮਵਾਰ ਨੂੰ ਕਰੋਨਾ ਵਾਇਰਸ ਦੇ 206 ਨਵੇਂ ਮਾਮਲੇ ਸਾਹਮਣੇ ਆਏ ਨੇ ਪੋਜ਼ੀਟਿਵਾਈ ਮਾਮਲਿਆਂ ਦੇ ਵਿੱਚ ਕੁਸ਼ਟ ਆਸ਼ਰਮ ਦੇ 12 ਲੋਕ ਪੁਲਿਸ ਥਾਣਾ ਫਿਲੌਰ ਦੇ ਕੁਝ ਕਰਮਚਾਰੀ ਵੀ ਸ਼ਾਮਲ ਨੇ ਜਲੰਧਰ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੱਕੋ ਦਿਨ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਮਰੀਜ਼ ਸਾਹਮਣੇ ਆਏ ਹੋਣ ਜਿੱਥੇ ਜਲੰਧਰ ਦੇ ਵਿੱਚ ਕਰੋਨਾ ਵਾਇਰਸ ਦੇ 200 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਨੇ ਉੱਥੇ ਹੀ ਫਲੋਰ ਨਿਵਾਸੀ ਦੀ ਕਰੋਨਾ ਕਾਰਨ ਮੌਤ ਵੀ ਹੋ ਗਈ ਹੈ ਇਸ ਦੇ ਨਾਲ ਜਲੰਧਰ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਧ ਕੇ 4263 ਤੱਕ ਪਹੁੰਚ ਗਈ ਹੈ ਪੰਜਾਬ ਦੇ ਵਿੱਚ ਜਿੱਥੇ ਕਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 31120 ਨੂੰ ਪਾਰ ਕਰ ਚੁੱਕਾ ਹੈ ਉੱਥੇ ਹੀ ਜਲੰਧਰ ਦੇ ਵਿੱਚ ਹੁਣ ਕਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 4263 ਹੋ ਗਈ ਹੈ ਜ਼ਿਲ੍ਹੇ ਦੇ ਵਿੱਚ ਹੁਣ ਤੱਕ 55501 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ 50244 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ 4263 ਲੋਕਾਂ ਦੀ ਰਿਪੋਰਟ ਪੋਜ਼ੀਟਿਵ ਪਾਈ ਗਈ ਹੈ ਇਸ ਦੌਰਾਨ ਚੰਗੀ ਗੱਲ ਇਹ ਹੈ ਕਿ 2619 ਮਰੀਜ਼ ਕੋਰੋਨਾ ਵਾਇਰਸ ਨੂੰ ਮਾਰਦੇ ਦੇ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ ਜਦੋਂ ਕਿ 109 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀ ਹੈ ਇਸ ਤੋਂ ਇਲਾਵਾ 1535 ਮਰੀਜ਼ ਜ਼ਿਲ੍ਹੇ ਦੇ ਵਿੱਚ ਅਜੇ ਵੀ ਸਰਗਰਮ ਨੇ ਅਤੇ ਜਿਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ ਇਸ ਦੇ ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ ਹੁਣ ਦਿਓ ਗਗਨਦੀਪ ਨੂੰ ਇਜਾਜ਼ਤ ਸੁੰਦਰ ਹੋ ਰੇਡੀਓ ਚੰਦ ਪਰਦੇਸੀ